ਬਹੁਤ ਹੀ ਪਿਆਰੇ ਬੱਚਿਓ ਆਓ ਮੈਂ ਤੁਹਾਨੂੰ ਇੱਕ ਬਹੁਤ ਸੁੰਦਰ ਪਾਠ ਸੁਣਾਵਾਂ ਤੇ ਬਹੁਤ ਹਾਸੇ ਵਾਲਾ ਵੀ ਹੈ ਜੋ ਕਿ ਤੁਹਾਡੇ ਪਾਠ ਨੰਬਰ 24 ਦੇ ਤੌਰ ਤੇ ਦਰਜ ਹੈ ਪੂਆ ਪੂਆ ਨੂੰ ਮਿਲਿਆ 10 ਤੋਂ ਵਧੇਰੇ ਬਰੇ ਹੋ ਗਏ ਸਨ ਮੇਰੀ ਵੱਡੇ ਬਟੇਰੀਆਂ ਚੋਂ ਇਹੋ ਇੱਕ ਨਾਂ ਲੈਣ ਜੋਗੀ ਪੁਰਾਣੀ ਬੁੱਢੀ ਪਾਕੀ ਸੀ ਅੱਜ ਵੀ ਉਹਨਾਂ ਦਿਨਾਂ ਦੀ ਸੁਪਨੇ ਵਾਂਗ ਮਾੜੀ ਜਹੀ ਯਾਦ ਬਾਕੀ ਹੈ ਜਦ ਨਿੱਕੇ ਹੁੰਦੇ ਆਂ ਭੂਆ ਮੈਨੂੰ ਉਂਗਲੀ ਲਾ ਕੇ ਪਿਆਰ ਪੁਛਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ ਤੇ ਅੱਧੀ ਛੁੱਟੀ ਵੇਲੇ ਮੇਰੇ ਲਈ ਮਲਾਈ ਵਾਲੇ ਦੁੱਧ ਦਾ ਕੌਲ ਲੈ ਆਇਆ ਕਰਦੀ ਸੀ ਇਸ ਗੱਲ ਨੂੰ 30 35 ਵਰੇ ਹੋ ਗਏ ਨੇ ਇੱਕ ਇੱਕ ਕਰਕੇ ਸਾਰੇ ਉਹ ਜਿਹੜੇ ਮੈਨੂੰ ਕਾਕਾ ਪੁੱਤਰ ਆਖਣ ਦਾ ਅਧਿਕਾਰ ਰੱਖਦੇ ਸਨ ਮੌਤ ਦਾ ਖਾਜਾ ਬਣ ਚੁੱਕੇ ਸਨ ਪਰ ਮੇਰੀ ਪੂਆ ਕੰਦੀ ਉੱਤੇ ਰੁਖੜਾ ਬਣੀ ਖੜੀ ਸੀ ਹਾਂ ਤੇ ਮੈਂ ਆਤ ਕੀ ਜਦ ਆਪਣੇ ਇੱਕ ਰਿਸ਼ਤੇਦਾਰ ਦੇ ਮੁੰਡੇ ਦੀ ਸ਼ਾਦੀ ਤੇ ਗਿਆ ਤਾਂ ਪੂਆ ਨੂੰ ਮਿਲਣ ਦੀ ਖਾਹਸ਼ ਨੂੰ ਮੈਂ ਰੋਕ ਨਾ ਸਕਿਆ ਪਾਵੇਂ ਕੱਚੀ ਸੜਕੇ ਪੂਰੇ 5 ਮੀਲ ਜਾਂਦਿਆਂ ਤੇ ਇੰਨੇ ਹੀ ਆਉਂਦਿਆਂ ਮੈਨੂੰ ਕੱਢਣੇ ਪੈਣੇ ਸਨ ਗਰਮੀ ਦੀ ਰੁੱਤ ਤੇ ਪਿੰਡੂ ਵਿਆਹ ਸ਼ਹਿਰ ਵਿੱਚ ਰਹਿਣ ਵਾਲੇ ਬੰਦੇ ਨੂੰ ਦੇ 2-4 ਡੰਗ ਅਜੇ ਹੀ ਵਿਹਾਂ ਦੀ ਰੋਟੀ ਖਾਣੀ ਪੈ ਜਾਵੇ ਤਾਂ 4 ਚੌਕੇ 16 ਡੰਗ ਹਾਜ਼ਮੇ ਦੀ ਚੂਰਨ ਤੇ ਫੱਕੀਆਂ ਵਰਤੇ ਬਿਨਾ ਖਲਾਸੀ ਨਹੀਂ ਹੁੰਦੀ 64 ਡੰਗਾਂ ਵਿੱਚ ਹੀ ਕੱਚ ਘਰੜ ਪੂਰੀਆਂ ਤੇ ਹੋਰ ਇਹੋ ਜਿਹੇ ਨਿੱਕ ਸੁੱਕ ਤੋਂ ਦਿਲ ਭਰ ਗਿਆ ਜਾਪਣ ਲੱਗਾ ਜਿਵੇਂ ਤਵੇ ਦੇ ਫੁਲਕੇ ਖਾਦਿਆਂ ਜੁਗਹੀ ਬੀਤ ਗਿਆ ਹੈ ਬਥੇਰੀ ਕੋਸ਼ਿਸ਼ ਕੀਤੀ ਕਿ ਮੈਂ ਹੋਰ ਨਹੀਂ ਤਾਂ ਇਕ ਕੱਦ ਡੰਗ ਹੀ ਪੂਰੀਆਂ ਤੋਂ ਛੁਟਕਾਰਾ ਮਿਲੇ ਕਿਤੋਂ ਦੋ ਫੁਲਕੇ ਤੇ ਦਾਣ ਮਿਲ ਸਕਣ ਪਰ ਅਜੀਹਾ ਹੋਣਾ ਤਾਂ ਤੇਤਿਆਂ ਦੀ ਨੱਕ ਵੱਡੀ ਹੋਣ ਦੇ ਬਰਾਬਰ ਸੀ ਸ਼ੁਕਰ ਸ਼ੁਕਰ ਕਰਕੇ ਦੋ ਰਾਤਾਂ ਕੱਟੀਆਂ ਤੇ ਤੀਜੇ ਦਿਨ ਮੈਂ ਜਾਜੀਆਂ ਪਾਸੋਂ ਮਸੇ ਮਸੇ ਖਹਿੜਾ ਛੁਡਾ ਕੇ ਪੂਆ ਦੇ ਪਿੰਡ ਤੁਰ ਪਿਆ ਮੈਨੂੰ ਯਾਦ ਸੀ ਨਿੱਕੇ ਹੁੰਦਿਆਂ ਮੇਰੀ ਭੂਆ ਪਤਲੇ ਫੁਲਕੇ ਚੁੱਲ੍ਹੇ ਵਿੱਚ ਫੁਲਾ ਕੇ ਕਿੱਡੇ ਪਿਆਰ ਨਾਲ ਖਵਾਇਆ ਕਰਦੀ ਸੀ ਸਵਾਰੀ ਦਾ ਕੋਈ ਪ੍ਰਬੰਧ ਨਾ ਹੋ ਸਕਿਆ ਦੁਪਹਿਰਾਂ ਦਾ ਤੁਰਿਆ ਮੈਂ ਸਾਰੇ ਰਾਹ ਘੱਟਾ ਫੱਕਦਾ ਕਿਤੇ ਪੈਲੀਆਂ ਵਿੱਚੋਂ ਤੇ ਕਿਤੇ ਸੜਕੇ ਸੜਕੇ ਸੋਤੇ ਪਏ ਭੂਆ ਦੇ ਪਿੰਡ ਪੁੱਜਾ ਜਾਨ ਵਿੱਚ ਜਾਨ ਆਈ ਜਾਂਦਿਆਂ ਹੀ ਬੜੀ ਕਰਮਚੋਸ਼ੀ ਨਾਲ ਮੈਂ ਭੂਆ ਨੂੰ ਪੈਰੀ ਪਹਿਣਾ ਕੀਤਾ ਉਸ ਨੇ ਜਿਉਂ ਆਇਆ ਸਦਕੇ ਆਇਆ ਆਖਿਆ ਮੇਰੀ ਪਿੱਠ ਪਲੋਸੀ ਪਰ ਇਸ ਵਿੱਚੋਂ ਮੈਨੂੰ ਭੂਆ ਦੇ ਪਿਆਰ ਦਾ ਨਿਕਰ ਨਾ ਲੱਭਿਆ ਅਸਲ ਵਿੱਚ ਗੱਲ ਇਹ ਸੀ ਕਿ ਪੂਆ ਨੇ ਮੈਨੂੰ ਪਛਾਤਾ ਹੀ ਨਹੀਂ ਸੀ ਉਸ ਨੂੰ ਅੰਧਰਾਤੇ ਦੀ ਕਸਰ ਸੀ ਜਦ ਉਸ ਤੇ ਕਾਕਾ ਕਿੱਥੋਂ ਇਹ ਦੂ ਉੱਤਰ ਵਿੱਚ ਮੈਂ ਆਪਣਾ ਨਾਂ ਦੱਸਿਆ ਤਾਂ ਸਾਰੇ ਦੀ ਸਾਰੀ ਪੂਆ ਮੇਰੇ ਦੁਆਲੇ ਲਿਪਟ ਗਈ ਉਸ ਨੇ ਮੇਰਾ ਮੱਥਾ ਚੁੰਮਿਆ ਤੇ ਉੱਚੀ ਦੇ ਕੇ ਪੁਕਾਰ ਉਠੀ ਨੀ ਚੰਨਣ ਕੋਰੇ ਕੁੜੇ ਆਇ ਨਹੀਂ ਭੱਜ ਗਏ ਨੀ ਮੇਰਾ ਸਿੰਘ ਆਇ ਸੁਖ ਨਾਲ ਮੇਰੇ ਮੁੰਡੇ ਕੁੜਿਓ ਤੁਹਾਡਾ ਤਾਇਆ ਆਇਆ ਜੇ ਆਓ ਮੁੰਡਿਓ ਆਓ ਕੁੜਿਓ ਵੇਖੋ ਤਾਂ ਉਸ ਦਿਨੋਂ ਪੱਝੀ ਆਈ ਪੂਆ ਦੇ ਪੋਤਰਿਆਂ ਪੋਤੀਆਂ ਨੇ ਆਉਂਦਿਆਂ ਹੀ ਮੇਰੇ ਦਿਵਾਲੀ ਘੇਰਾ ਘੱਟ ਲਿਆ ਬਾਲਾਂ ਵਿੱਚੋਂ ਭਾਵੇਂ ਕਿਸੇ ਨੇ ਵੀ ਇਸ ਤੋਂ ਪਹਿਲਾਂ ਮੇਰੀ ਸ਼ਕਲ ਨਹੀਂ ਸੀ ਵੇਖੀ ਪਰ ਦਾਦੀ ਦੀ ਗਵਾਹੀ ਤੁਹਾਡਾ ਤਾਇਆ ਹੀ ਉਹਨਾਂ ਲਈ ਕਾਫੀ ਸੀ ਪੂਆ ਦੀ ਨੂੰ ਮੇਥੋਂ ਛੋਟੇ ਥਾਂ ਸੀ ਕੁੰਡ ਚੁੱਕਣ ਤੇ ਬੋਲਣ ਚਾਲਣ ਦੀ ਦਲੇਰੀ ਉਹ ਨਾ ਕਰ ਸਕੀ ਮੈਂ ਪੀੜੀ ਤੇ ਬੈਠਾ ਸਾਂ ਪੂਆ ਪੁੰਜੇ ਹਾਂ ਬੈਠੀ ਦੋਹਾਂ ਹੱਥਾਂ ਨਾਲ ਮੇਰੀ ਪਿੱਠ ਮੇਰਾ ਸਿਰ ਮੇਰਾ ਮੂੰਹ ਪਿਆਰ ਦੀ ਹੋਈ ਮੇਰੇ ਘਰਬਾਰ ਦੀ ਮੇਰੇ ਬਾਲਾਂ ਮੇਰੀ ਘਰਵਾਲੀ ਦੀ ਸੁੱਖ-ਸਾਂਤ ਪੁੱਛ ਰਹੀ ਸੀ ਤੇ ਮੇਰੇ ਵੱਲੋਂ ਸਿਰਫ ਇੱਕ ਉੱਤਰ ਘੜੀ-ਮੁੜੀ ਦੁਹਰਾਇਆ ਜਾ ਰਿਹਾ ਸੀ ਹਾਂਜੀ ਆਹੋ ਜੀ 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 ਮੈਂ ਉਸੇ ਵੇਲੇ ਸੱਚਮੁੱਚ ਆਪਣੇ ਆਪ ਨੂੰ ਦਾੜੀ ਵਾਲਾ ਕਾਕਾ ਅਨੁਭਵ ਕਰ ਰਿਹਾ ਸੀ ਤੇ ਕੁੜੇ ਉੱਠ ਕੇ ਰੋਟੀ ਟੁਕਦਾ ਆਹਰ ਕਰ ਮੁੰਡਾ ਵੱਡੇ ਵੇਲੇ ਦਾ ਭੁੱਖਣ ਪਾਣਾ ਹੋਵੇਗਾ ਕਹਿ ਕੇ ਭੂਆ ਨੇ ਨੂਨੂ ਰਸੋਈ ਵੱਲ ਨਸਾਇਆ ਮੈਂ ਬਥੇਰੀ ਨਾਂ ਨੁਕਰ ਕੀਤੀ ਪਰ ਉਥੇ ਸੁਣਾਈ ਕਾ ਨੂੰ ਹੋਣੀ ਸੀ ਭੁੱਖ ਮੈਨੂੰ ਕਾ ਨਹੀਂ ਸੀ ਦੁਪਹਿਰ ਨੂੰ ਜੰਜ ਦੀ ਵਿਦਾਇਗੀ ਵੇਲੇ ਰੋਟੀ ਤੇ ਉਸ ਤੋਂ ਬਾਅਦ ਕੁਝ ਮਠਿਆਈਆਂ ਖਾਣੀਆਂ ਪਈਆਂ ਸਨ ਉਸਨਾਲ ਤਬੀਅਤ ਡਿੱਗ ਹੋ ਗਈ ਸੀ ਮੈਂ ਦਿਲ ਨਾਲ ਫੈਸਲਾ ਕੀਤਾ ਕਿ ਰਾਤੀ ਕੁਝ ਨਹੀਂ ਖਾਵਾਂਗਾ ਉਹ ਮੇਰਾ ਰੱਬਾ ਮੇਰੇ ਅੰਦਰੋਂ ਡਰ ਭਰੀ ਆਵਾਜ਼ ਨਿਕਲੀ ਜਦੋਂ ਕੁਝ ਚਿਰ ਬਾਅਦ ਮੈਂ ਆਪਣੇ ਅੱਗੇ ਇੱਕ ਨੱਕੋ ਨੱਕ ਪਰੋਸਿਆ ਥਾਲ ਵੇਖਿਆ ਚੱਕੀ ਦੇ ਪੁੱੜ ਜਿੱਡੇ ਦੋ ਪਰੌਂਠੇ ਜਿਨ੍ਹਾਂ ਵਿੱਚ ਕਿਉ ਵਗ ਵਗ ਕੇ ਉਸ ਹਿੱਸੇ ਵਿੱਚ ਰਲ ਰਿਹਾ ਸੀ ਜਿੱਥੇ ਮੋਟੀਆਂ-ਮੁੱਟੀਆਂ ਸੇਵੀਆਂ ਦਾ ਇੱਕ ਤਕੜਾ ਅੰਬਾਰ ਉਸਾਰਿਆ ਸੀ ਤੇ ਜਿਸ ਉੱਤੇ ਬੁੱਕ ਸਾਰੀ ਸ਼ੱਕਰ ਦੀ ਤੈ ਵਿੱਚੀ ਹੋਈ ਸੀ ਮੈਂ ਸੈਮੀ ਨਜ਼ਰ ਨਾਲ ਕਦੇ ਥਾਲ ਵੱਲ ਵੇਖਾਂ ਤੇ ਕਦੇ ਆਪਣੀ ਢਿੱਡ ਵੱਲ ਮੂਸਾ ਮੋਤੋਂ ਭੱਜਿਆ ਅੱਗੇ ਮੌਤ ਖੜੀ ਵਾਲੀ ਗੱਲ ਬਣੀ ਹੋਈ ਸੀ ਪਰਜਾਈ ਨੂੰ ਤਾਂ ਮੈਂ ਸੰਗ ਦੇ ਮਾਰੇ ਕੁਝ ਆਖ ਨਹੀਂ ਸਕਦਾ ਤੇ ਭੂਆ ਨੂੰ ਇਸ ਬਾਬਤ ਕੁਝ ਕਹਿਣਾ ਨਾ ਕਹਿਣਾ ਇੱਕੋ ਜਿਹਾ ਸੀ ਭੂਆ ਅੱਗੇ ਮ ਬਥੇਰੇ ਵਾਸਤੇ ਪਾਈ ਪੂਆ ਜੀ ਮੈਨੂੰ ਇੱਕ ਗਰਾਹੀ ਦੀ ਵੀ ਭੁੱਖ ਨਹੀਂ ਮੈਂ ਅੱਗੇ ਹੀ ਜਾਂਝ ਦੀ ਰੋਟੀ ਖਾਣ ਕਰਕੇ ਔਖਾਂ ਹਾਂ ਪਰ ਬਿਨਾ ਮੇਰੀ ਗੱਲ ਵੱਲ ਧਿਆਨ ਦਿੱਤਿਆਂ ਪੂਆ ਆਪਣੀਆਂ ਹੀ ਵਾਹੀ ਜਾਵੇ ਪਲਾ ਕਾਕਾ ਇਹ ਹੈ ਕੀ ਹੈ ਹੌਰੇ ਹੌਰੇ ਤੇ ਫੁਲਕੇ ਨੇ ਖਾ ਲੈ ਖਾ ਲੈ ਮਾਸਦਕੇ ਤੇ ਪੂਆ ਜੀ ਇਹ ਐਨੀਆਂ ਸੇਵੀਆਂ ਕੌਣ ਖਾਵੇਗਾ ਮੈਂ ਇੱਕ ਵਾਰੀ ਫੇਰ ਕਿਹਾ ਉਹ ਬੋਲੀ ਖਾਲੇ ਬਿਬਾ ਪੁੱਤ ਸੇਮੀਆਂ ਦਾ ਕੀ ਐ ਇਹ ਤਾਂ ਐਵੇਂ ਮੂੰਹ ਮਿੱਠਾ ਕਰਨ ਲਈ ਨੇ ਵੇਖੇ ਨਾ ਪੁੱਤ ਇੱਥੇ ਬਾਹਰ ਥਾਂਵੇਂ ਕੀ ਪਿਆ ਲੱਭਦਾ ਏ ਸ਼ਹਿਰਾਂ ਨਗਰਾਂ ਦੀ ਕੀ ਗੱਲ ਕਰਨਾ ਏ ਉੱਥੇ ਤਾਂ ਜੋ ਬੱਤੀਆਂ ਦੰਦਾਂ ਜੋ ਮੰਗੋ ਮਿਲ ਜਾਂਦਾ ਏ ਸੱਚ ਕਿਸੇ ਆਖਿਆ ਏ ਆਖੇ ਸ਼ਹਿਰ ਵਸੰਦੇ ਦੇਪ ਤੇ ਬਾਹਰ ਵਸੰਦੇ ਪ੍ਰੇਤ ਇੱਥੇ ਤੇ ਵੀਰਾ ਇਹੋ ਦਾਲ ਸਾਗ ਹੀ ਜੁੜਦਾ ਏ ਤੇਰਾ ਫੁੱਫੜ ਜਿਉਂਦਾ ਸੀ ਅਸੀਂ ਇੱਕ ਵਾਰੀ ਅੰਬਰਸਰ ਗਏ ਸਦਕੇ ਜਾਈਏ ਗੁਰੂਦੀ ਨਗਰੀ ਤੋਂ ਸਵੱਬ ਨਾਲ ਮਹਾਰਾਜ ਦੇ ਦਰਸ਼ਨ ਹੋ ਗਏ ਘਰਾਂ ਦੇ ਪੁਆੜਿਆਂ ਚੋਂ ਕਿੱਥੇ ਕਿਸੇ ਦਾ ਨਿਕਾਲ ਹੁੰਦਾ ਏ ਇੱਕ ਵਾਰ ਮੇਰੀ ਜਠਾਣੀ ਦੇ ਫੁੱਲ ਗੰਗਾ ਜੀ ਲਜਾਣੇ ਸੀ ਤੇ ਮੈਨੂੰ ਆਖਣ ਲੱਗਾ ਸ਼ੈਂਕਰ ਦੀ ਮਾਂ ਕਿਹੜਾ ਰੋਜ਼ ਰੋਜ਼ ਜਾਇਆ ਜਾਂਦਾ ਏ ਖਾਸਮ ਨੂੰ ਖਾਣੀਆ ਲੋੜਾਂ ਤੇ ਪੂਰੀਆਂ ਹੁੰਦੀਆਂ ਨਹੀਂ ਉਹ ਜਾਣੇ ਤੂੰ ਵੀ ਚਲੀ ਚੱਲ ਤੇ ਮੈਂ ਵੀ ਐਸੇ ਸੁਭਬ ਚਲੀ ਗਈ ਦਿਲ ਤੇ ਬਥੇਰਾ ਕਰਦਾ ਈ ਪਈ ਇਕ ਵਾਰੀ ਫੇਰ ਗੰਗਾ ਮਾਈ ਦੇ ਇਸ਼ਨਾਨ ਕਰ ਆਵਾਂ ਸੰਕਰ ਨੂੰ ਕਿੰਨੀ ਵੇਰਾਂ ਵਾਸਤੇ ਪਾ ਚੁੱਕੀ ਆ ਪਈ ਮੁੰਡਿਆ ਜਿੱਥੇ ਹੋਰ ਸੰਕੜੇ ਖਰਚਣਾ ਖਾਣਾ ਏ ਇਹ ਵੀ ਜਾਸ ਘੱਟ ਛੱਡ ਪਰ ਉਹ ਤੇ ਸੁਣਦਾ ਹੀ ਨਹੀਂ ਮੇਰੀ ਗੱਲ ਪੂਆ ਬਿਨਾ ਰੁਕਿਆ ਆਪਣੀ ਵਿਆਖਿਆ ਕਰੀ ਜਾ ਰਹੀ ਸੀ ਤੇ ਐਦਰ ਮੈਂ ਸੋਚ ਰਿਹਾ ਸਾਂ ਅੱਗੇ ਜਠਾਣੀ ਦੇ ਫੁੱਲ ਲੈ ਕੇ ਗਈ ਸੈਂ ਹੁਣ ਭਾਵੇਂ ਭਤੀਜੇ ਦੇ ਫੁੱਲਾਂ ਦੀ ਵਾਰੀ ਹੈ ਅਖੀਰ ਇਹੋ ਸੋਚ ਕੇ ਕਿ ਅੱਛਾ ਓਖਲੀ 'ਚ ਸਿਰ ਦਿੱਤਾ ਤਾਂ ਚਾਰ ਸੱਟਾਂ ਵੱਧ ਗਈ ਤੇ ਚਾਰ ਸੱਟਾਂ ਘਟ ਗਈ ਖਾਣਾ ਸ਼ੁਰੂ ਕੀਤਾ ਅਜੇ ਦੋ ਚਾਰ ਬੁਰਕੀਆਂ ਹੀ ਲਾਈਆਂ ਸਨ ਕਿ ਭਰਜਾਈ ਨੇ ਪੰਗਰੇ ਹੋਏ ਘਿਓ ਦਾ ਭਰਿਆ ਹੋਇਆ ਕੌਲ ਲਿਆ ਕੇ ਸੇਮੀਆਂ ਉੱਤੇ ਉਲੱਤ ਦਿੱਤਾ ਕਿਉਂ ਸੇਮੀਆਂ ਵਿੱਚੋਂ ਫਿਰਦਾ ਫਰਾੰਦਾ ਸਾਰੇ ਥਾਲ ਵਿੱਚ ਫੈਲ ਗਿਆ ਤੇ ਸੇਮੀਆਂ ਦਾ ਢੇਰ ਸਮੁੰਦਰ ਵਿੱਚ ਖੜੇ ਇੱਕ ਛੋਟੇ ਜਜ਼ੀਰੇ ਵਾਂਗ ਬਣ ਗਿਆ ਮੈਂ ਬਥੇਰਾ ਨਾ ਨਾ ਕਰਦਾ ਪਰ ਮੇਰੀ ਕੌਣ ਸੁਣਦਾ ਸੀ ਇਸ ਆਪ ਸਹੀੜੀ ਮੌਤ ਤੋਂ ਕਿੱਕਣ ਛੁਟਕਾਰਾ ਮਿਲੇ ਬਥੇਰਾ ਸੋਚਿਆ ਪਰ ਕੋਈ ਰਾਹ ਨਾ ਲੱਭਾ ਪਰਾਉਠੇ ਤਾਂ ਖੈਰ 2 ਨਹੀਂ ਤਾਂ 1.5 ਕੁ ਮੈਂ ਕਿਸੇ ਤਰ੍ਹਾਂ ਤੁੰ ਤੁੰ ਕੇ ਲੰਗਾ ਲੇ ਪਰ ਸੇਮੀਆਂ ਦਾ ਕੀ ਬਣੇ ਸਲਾਹ ਹੋਈ ਕਿ ਭੂਆ ਨੂੰ ਦਿਸਦਾ ਤੇ ਹੈ ਨਹੀਂ ਹੋਵੇ ਨਾ ਤਾਂ ਇੱਕ ਦੋ ਰੁਗ ਭਰ ਕੇ ਕਿਸੇ ਬੰਨੇ ਸੁੱਟ ਹੀ ਛੱਡਾਂ ਕੁਝ ਦਾ ਭਾਰ ਹੋਣਾ ਹੋਵੇ ਪਰ ਉਹ ਅੱਖਾਂ ਵਾਲੀ ਕਮਬਖਤ ਪਰਜਾਈ ਦਾ ਕੀ ਕਰਦਾ ਜਿਹੜੀ ਕਿ ਉਹਦਾ ਕਾਲ ਖਾਲੀ ਕਰਨ ਤੋਂ ਬਾਅਦ ਟੋਕਰੀ ਵਰਗਾ ਮੂਲ ਲਕਾਈ ਮੇਰੇ ਲਾਗੇ ਪਥੱਲਾ ਮਾਰ ਕੇ ਬੈਠ ਗਈ ਸੀ ਚਿੜੀ ਚੋਗੇ ਵਾਂਗ ਮੈਂ ਇੱਕ ਇੱਕ ਸੇਵੀ ਮੂੰਹ ਵਿੱਚ ਪਾ ਕੇ ਚਿੱਤ-ਚਿੱਤ ਕੇ ਲੰਘਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਭਰਜਾਈ ਦੇ ਦਿਲ ਵਿੱਚ ਖਬਰੇ ਦਰਸ ਆ ਗਿਆ ਉਹ ਉੱਠ ਕੇ ਅੰਦਰ ਚਲੀ ਗਈ ਤੇ ਮੈਂ ਕਾਲੀ ਨਾਲ ਸੱਜੇ ਤੱਕਿਆ ਖੱਬੇ ਤੱਕਿਆ ਕਿ ਕਿਹੜੇ ਪਾਸੇ ਰੁੱਕ ਸੁਟਾਂ ਪਿਛਲੀ ਕੰਧ ਦੀ ਨੁਕਰੇ ਇੱਕ ਤੰਦੂਰ ਲੱਗਾ ਹੋਇਆ ਸੀ ਮੈਂ ਸੋਚਿਆ ਇਹੋ ਠੀਕ ਹੈ ਰਾਤ ਨੂੰ ਕਿਤੇ ਮੌਕਾ ਮਿਲਿਆ ਤਾ ਸਵਾ ਨੂੰ ھیਠਾ ਉਤਾ ਕਰਕੇ ਡੱਕ ਛੱਡਾਂਗਾ ਬਸ ਤੇ ਮੈਂ ਦਿਲ ਪੀੜਾ ਕਰਕੇ ਜਿੰਨੀਆਂ ਕੁ ਸੇਮੀਆਂ ਮੇਰੀ ਲੱਪ ਵਿੱਚ ਆ ਸਕਦੀਆਂ ਸਨ ਰੁੱਖ ਭਰ ਕੇ ਹੱਥ ਪਿਛਾਂ ਲਿਜਾਣ ਲਈ ਥਾਲ ਚੁੱਕਿਆ ਹੀ ਸੀ ਕਿ ਫਿਰ ਉਹ ਭਾਬੀ ਸਿਰ ਤੇ ਆਤਮ ਕੀ ਤੇ ਬਿਨਾ ਪੁੱਛੇ ਇੱਕ ਹੋਰ ਪਰੌਂਠਾ ਥਾਲੀ ਵਿੱਚ ਦੇ ਮਾਰਿਆ ਸੇਮੀਆਂ ਮੁੜ ਥਾਲੀ ਦੇ ਹਵਾਲੇ ਕਰਕੇ ਮੈਂ ਹੱਥ ਪੈਰ ਛੱਡ ਕੇ ਬੈਠਾ ਹੁਣ ਖੈਰ ਨਹੀਂ ਆਧ ਪਚਦਾ ਮੁਕਾ ਕੇ ਕਿਸੇ ਤਰ੍ਹਾਂ ਇੱਕ ਕਾਲ ਰੂਪੀ ਥਾਲ ਤੋਂ ਮੇਰੀ ਖਲਾਸੀ ਹੋਈ ਪਰ ਹੁਣ ਇਥੋਂ ਉੱਠ ਕੇ ਮੰंजे ਦੀ ਕ ਜਾਣ ਦੀ ਹਿੰਮਤ ਬਾਕੀ ਨਹੀਂ ਸੀ ਪੇਟ ਪਾਟਣ ਵਾਲਾ ਹੋ ਗਿਆ ਸੀ ਸਾਹ ਨਾਲ ਸਾਹ ਨਹੀਂ ਸੀ ਲੜਦਾ ਅਖੀਰ ਕਿਸੇ ਤਰ੍ਹਾਂ ਇਹ ਮੁਹਿਮ ਵੀ ਪੂਰੀ ਹੋਈ ਤੇ ਮੈਂ ਬੇੜੇ ਵਿੱਚ ਵਿਸ਼ੇ ਹੋਏ ਬਿਸਤਰੇ ਤੇ ਜਾ ਡਟ ਠਾ ਕੜੀ ਮੁੜੀ ਆਪਣੇ ਆਪ ਨੂੰ ਫਟਕਾਰਦਾ ਸਾਂ ਕੀ ਮੈਂ ਜੇ ਮਰਨਾ ਹੀ ਸੀ ਤਾਂ ਘਰ ਜਾ ਕੇ ਕਿਉਂ ਨਾ ਮਰਨ ਦਾ ਇੰਤਜ਼ਾਮ ਕੀਤਾ ਅਕਲ ਕਾਂਦ ਚ ਜਾਨ ਆ ਗਈ ਸੱਜਿਓ ਖੱਬੇ ਤੇ ਖੱਬਿਓ ਸੱਜੇ ਉਸਲਵੱਟੀ ਲੈਂਦਾ ਸਾਂ ਪਰ ਕਿਸੇ ਪਾਸੇ ਵੀ ਚੈਨ ਨਹੀਂ ਸੀ ਆਉਂਦਾ ਅਫਰੀਮਾਬਾਦਾ ਜਾ ਰਿਹਾ ਸੀ ਤੇ ਉੱਤਰੋਂ ਆਖਰਾਂ ਦਾ ਵਟ ਮੁੜਕਾ ਵਗਵਾ ਕੇ ਵਿਛਾਈ ਪਿਉ ਰਿਹਾ ਸੀ ਪੱਖੀ ਮੇਰੇ ਕੋਲ ਪਈ ਸੀ ਪਰ ਫੜ ਕੇ ਚੱਲਣ ਦੀ ਹਿੰਮਤ ਨਹੀਂ ਸੀ ਅੱਧਾ ਪੌਣਾ ਘੰਟਾ ਮੱਛੀ ਵਾਂਗ ਟੜਫਦਿਆਂ ਹੋਰ برداشت ਕਰਨ ਦੀ ਹਿੰਮਤ ਨਾ ਰਹੀ ਉੱਠ ਕੇ ਬੈਠ ਗਿਆ ਤੇ ਸੋਚਣ ਲੱਗਾ ਕਿ ਜੇ ਕੋਈ ਮੁੰਡਾ ਕੁੜੀ ਜਾਗਦਾ ਹੋਵੇ ਤਾਂ ਉਸ ਨੂੰ ਆਖੀ ਦੇਵਾਂ ਥੋੜੀ ਜਿਵੈਣ ਹੀ ਮੰਗ ਲਵਾਂ ਤਦੇ ਹੀ ਲੰਮਾ ਕੁੰਡ ਗੱਡੀ ਪਰਛਾਈ ਆ ਗਈ ਮੇਰੀ ਮੌਤ ਵਿੱਚ ਜਿਹੜੀ ਰਤਾ ਮਾਸਾ ਕਾਸਰ ਬਾਕੀ ਸੀ ਸ਼ਾਇਦ ਉਹ ਉਸ ਨੂੰ ਪੂਰਾ ਕਰਨ ਆਈ ਸੀ ਉਸ ਦੇ ਹੱਥ ਵਿੱਚ ਕੰਡਿਆਂ ਦੀ ਇੱਕ ਭਰਿਆ ਹੋਇਆ ਦੁੱਧ ਦਾ ਛੰਨਾ ਸੀ ਪਰਛਾਈ ਦੀ ਤਾਂ ਜੇ ਕਦੇ ਇਸ ਵੇਲੇ ਮੇਰੀ ਵਾਟ ਹੀ ਹੁੰਦੀ ਤਾਂ ਇਹੋ ਸੜਦੇ ਸੜਦੇ ਦੁੱਧ ਦਾ ਛੰਨਾ ਖੋ ਕੇ ਉਸ ਦੇ ਮੂੰਹ ਤੇ ਚੁੱਕ ਮਾਰਦਾ ਪਰ ਕਰਦਾ ਕੀ ਉਹ ਸੀਹੀ ਪਰਛਾਈ ਤੇ ਫਿਰ ਪੂਆ ਦੀ ਨੂੰ ਜਿਸ ਨਾਲ ਤਾਂ ਨਾ ਬੋਲ ਨਾ ਚਾਲ ਇੱਕ ਵੇਰੀ ਇਨਕਾਰ ਦੂਜੀ ਵੇਰੀ ਤੀਜੀ ਵੇਰੀ ਪਰ ਪਰਛਾਈ ਨੇ ਬੋਲਣਾ ਥੋੜਾ ਸੀ ਹੱਥ ਵਿੱਚ ਕਟੋਰਾ ਨਹੀਂ ਜਿਉਂ ਦੀ ਤਿਉਂ ਖੜੀ ਰਹੀ ਬੜੀ ਮੁਸੀਬਤ ਬਣੀ ਜਦ ਕੋਈ ਪੇਸ਼ ਨਾ ਗਈ ਤਾਂ ਮੈਨੂੰ ਇੱਕ ਵਿਉਂਤ ਸੁਝੀ ਮੈਂ ਕਟੋਰਾ ਲੈ ਪੈਂਦ ਵੱਲ ਖੇਸ ਚੁੱਕਿਆ ਤੇ ਉੱਥੇ ਟਿਕਾਉਂਦਿਆ ਕਿਹਾ ਮੈਨੂੰ ਠੰਡਾ ਪੀਣ ਦੀ ਆਦਤ ਹੈ ਉਹ ਸ਼ਾਇਦ ਆਪਣੇ ਜੇਠ ਨੂੰ ਇੰਨੀ ਖੇਚਲ ਨਹੀਂ ਸੀ ਦੇਣੀ ਚਾਹੁੰਦੀ ਜਾਂ ਖਬਰੇ ਇਹ ਖਿਆਲ ਕਰਕੇ ਕਿ ਜੇਠ ਜੀ ਦੁੱਧ ਪੀਣ ਲਈ ਬਹੁਤ ਉਤਾਵਲੇ ਹੋਣਗੇ ਭੱਜ ਕੇ ਘੜਵੀ ਚੁੱਕ ਲਈ ਤੇ ਫੈਂਟ-ਫੈਂਟ ਕੇ ਠੰਡਾ ਕਰਨ ਲੱਗੀ ਚੰਨਾ ਫੇਰ ਮੇਰੇ ਹੱਥ ਵਿੱਚ ਖਿਆਲ ਸੀ ਸ਼ਾਇਦ ਵੜਾ ਕੇ ਤੁਰਦੀ ਬਣੇਗੀ ਪਰ ਸੱਸ ਨੇ ਸ਼ਾਇਦ ਉਸ ਨੂੰ ਚੇਤਾਵਨੀ ਕਰਕੇ ਭੇਜਿਆ ਸੀ ਕਿ ਖਾਲੀ ਛੰਨਾ ਲੈ ਕੇ ਮੁੜੇ ਇਸ ਵੀਲੇ ਜੇ ਕਦੇ ਉਸ ਛੰਨੇ ਦੀ ਥਾਂ ਮੈਨੂੰ ਕੋਈ ਸਖੀਏ ਦੀ ਗੋਲੀ ਦੇ ਦਿੰਦਾ ਤਾਂ ਨਿਸ਼ਚੇ ਹੀ ਮੈਂ ਉਸ ਨੂੰ ਇਸ ਤੋਂ ਤਰਜੀਹ ਰਿੰਦਾ ਇੱਕ ਕੁੱਟ ਦੋ ਕੁੱਟ ਚਾਰ ਕੁੱਟ ਪਰ ਇਸ ਤਰ੍ਹਾਂ ਇਹ ਛੱਪੜ ਜਿੱਡਾ ਛੰਨਾ ਮੁਕਣ ਵਾਲਾ ਸੀ ਖਸਮ ਨੂੰ ਖਾ ਗਿਆ ਇਹੋ ਜਿਹਾ ਸੰਕੋਚ ਮੇਰੀ ਨਹੀਂ ਸਲਾਹ ਹਲੇ ਮਰਨ ਦੀ ਦਿਲ ਵਿੱਚ ਇਹ ਸੋਚ ਕੇ ਮੈਂ ਬਸ ਕਰਦਿਆਂ ਹੋਇਆ ਛੰਨਾ ਉਸ ਵੱਲ ਵਧਾਇਆ ਪਰ ਉਹ ਫੜਨ ਦੀ ਬਜਾਈ ਇੱਕੋ ਦੋ ਕਦਮ ਪਿਛਾਂ ਹਟ ਗਈ ਅੱਛਾ ਜਰਾ ਠਹਿਰ ਕੇ ਪੀਵਾਂਗਾ ਕਹਿ ਕੇ ਛੰਨਾ ਜਾਣ ਬੁੱਝ ਕੇ ਮੈਂ ਮੰਜੇ ਦੀ ਪੈਂਦ ਵੱਲ ਹੀ ਕੇ ਰੱਖ ਦਿੱਤਾ ਇਹ ਇੰਨੀ ਚੌੜੀ ਨਹੀਂ ਸੀ ਹੈ ਕਿ ਪ੍ਰਾਂਤ ਜਿੱਡੇ ਛੰਨੇ ਨੂੰ ਚੱਲ ਸਕਦੀ ਧੰਨ ਕਰਦਾ ਛੰਨਾ ਪੁੰਜੇ ਜਾ ਪਿਆ ਤੇ ਦੁੱਧ ਡੁੱਲ ਗਿਆ। ਓਹੋ ਕਹਿ ਕੇ ਛੰਨਾ ਮੈਂ ਪੁੰਜ ਚੁੱਕਿਆ ਤੇ ਪਰਜਾਈ ਨੇ ਝੱਟ ਮੇਰੇ ਹੱਥੋਂ ਫੜ ਲਿਆ। ਕੀ ਹੋਇਆ ਕੁੜੇ ਕਹਿੰਦੇ ਹੋਈ ਭੂਆ ਆਪਣੀ ਡੰਗੋਰੀ ਖੜਕਾਉਂਦੀ ਮੇਰੇ पास ਆ ਪੁੱਜੀ। ਕੁਝ ਨਹੀਂ ਦੁੱਧ ਡੁੱਲ ਗਿਆ ਈ ਨੂਨੇ ਸ਼ਰਮਿੰਦਗੀ ਭਰੀ ਨੀਵੀਂ ਆਵਾਜ਼ ਵਿੱਚ ਕਿਹਾ। ਤੇ ਫੇਰ ਕੀ ਹੋਇਆ ਦੁੱਧ ਦਾ ਕਾਲੇ ਜਾਂ ਹੋਰ ਲੈ ਕੇ ਆ ਜਾ ਕੇ। ਕਹਿੰਦੀ ਹੋਈ ਭੂਆ ਮੇਰੇ ਕੋਲ ਆ ਬੈਠੀ ਮੈਂ ਆਖਿਆ ਦੋ ਕੁੜੀਆਂ ਬੈ ਕੇ ਦੁੱਖ ਸੁੱਖ ਦੀਆਂ ਗੱਲਾਂ ਕਰਾਂਗੀ ਫਿਰ ਸੋਚਿਆ ਥੱਕਿਆ ਹੋਵੇਗਾ ਕਾ ਨੂੰ ਔਖੀਆਂ ਕਰਾਂ ਸੁ ਰਮਾਨ ਕਰ ਲਵੇ ਦੋ ਕੁੜੀਆਂ ਮੈਂ ਦਿਲ ਵਿੱਚ ਆਖਿਆ ਭੂਆ ਹੁਣ ਤੋ ਜ਼ਰੂਰ ਹਰਦਵਾਰ ਦਾ ਇਸ਼ਨਾਨ ਕਰਵਾਵੇਂਗੀ ਇਸ ਵੇਲੇ ਨੂਨੇ ਆਕੇ ਸੱਸ ਦੇ ਕੰਨ ਵਿੱਚ ਕੁਝ ਕਿਹਾ ਤੇ ਭੂਆ ਨੇ ਗੁੱਸੇ ਨਾਲ ਉੱਤਰ ਦਿੱਤਾ ਕੀ ਆਖਿਆ ਇਹ ਜਾਗਲਾ ਛੱਡਿਏ ਸਾਰੇ ਨੂੰ ਹਾਏ ਹਾਈ ਰੱਬਾ ਮੈਂ ਕਹੀ ਸੜ ਗਈ ਇਹ ਸਤੋਂ ਸਾਰੇ ਦੁੱਧ ਨੂੰ ਕਾਹਨੂੰ ਜਾਗ ਫੁੱਕਣੀ ਸੀ ਮੁੰਡਾ ਵਿਚਾਰਾ ਹੁਣ ਝਾਟਾ ਪੀਵੇਗਾ ਮੇਰਾ ਸਵੇਰ ਦਾ ਭੁੱਖ ਪਾਣਾ ਸੰਧਿਆ ਵੇਲੇ ਦੇ ਦੋ ਫੁਲਕੇ ਖਾਦੇ ਸੂ ਉਤੋਂ ਸੋਤਾ ਪੈ ਗਿਆ ਈ ਐਨੇ ਵਿਚਾਰੇ ਨੇ ਕੋਈ ਰੋਜ਼ ਰੋਜ਼ ਆਣਾ ਸੀ ਸਾਡੇ ਘਰ ਜਾ ਜਾ ਕੇ ਰਾਮੀ ਕਿਆਂ ਦੇ ਘਰੋਂ ਦੁੱਧ ਦਾ ਛੰਨਾ ਲੈ ਗਿਆ ਨਾ ਪੂਆ ਜੀ ਤੁਹਾਨੂੰ ਮੇਰੇ ਸਿਰ ਦੀ ਸੋ ਜੇ ਦੁੱਦੂ ਨੂੰ ਭੇਜਾਂ ਮੈਂ ਤਰਲੇ ਨਾਲ ਕਿਹਾ ਲੇਹੋਰ ਸੁਣ ਪੂਆ ਪਿਆਰ ਭਰੀ ਕੁਰਕੀ ਨਾਲ ਬੋਲੀ ਇਹ ਵੀ ਕੋਈ ਰਾਏ ਸਵੇਰ ਦਾ ਭੁਖਣ ਬਾਣਾ ਮਾਂ ਸਦਕੇ ਸ਼ਰਮ ਕਿਹੜੀ ਗੱਲ ਦੀ ਕਰਨੀ ਹੋਈ ਇਹ ਕੋਈ ਬਗਾਨਾ ਘਾਰੇ ਮੈਂ ਤੇ ਸਹਿਕ ਸਹੱਕੇ ਲਿਆਸੀ ਤੈਨੂੰ ਤੀਨਾ ਘਰਾਂ ਵਿੱਚੋਂ ਤੂੰ ਯੋ ਤੇ ਵੱਡਾ ਸੀ ਤੇ ਵੱਡਿਆਂ ਦੀ ਨਿਸ਼ਾਨੀ ਏ ਪੁੱਤਰ ਕਿਹੜੇ ਜ਼ਫਰ ਨੇ ਜਿਹੜੇ ਤੈਨੂੰ ਲੈਣ ਲਈ ਅਸੀਂ ਨਹੀਂ ਜਾਲੇ ਹੋਣੇ ਤੇ ਭੂਆ ਬੋਲਦੀ ਗਈ ਮੇਰੇ ਕੰਨ ਭੂਆ ਦੀਆਂ ਗੱਲਾਂ ਵੱਲ ਸਨ ਪਰ ਧਿਆਨ ਬੂਹੇ ਵੱਲ ਪਰਚਾਈ ਆ ਗਈ ਤੇ ਮੈਂ ਰੱਬ ਦਾ ਸ਼ੁਕਰ ਕੀਤਾ ਖਾਲੀ ਕਟੋਰਾ ਉਸਦੇ ਹੱਥ ਵਿੱਚ ਸੀ ਤੇ ਸੱਸ ਨੂੰ ਬੜੀ ਨਿਰਾਸ਼ ਆਵਾਜ਼ ਵਿੱਚ ਕਹਿਣ ਲੱਗੀ ਉਹਨਾਂ ਦੇ ਤਾਂ ਅੱਜ ਕੱਟੀ ਚੁੰਗ ਗਈ ਏ ਸੁਣਦਿਆਂ ਸਾਰ ਭੂਆ ਬੋਲ ਉੱઠી ਬੱਸ ਲੱਗ ਗਈ ਅੱਗ ਹੁਣ ਸਾਰੇ ਪਿੰਡ ਨੂੰ ਓਇਓ ਦੁੱਧ ਜਿਸ ਨੂੰ ਕੁੱਤੇ ਨਹੀਂ ਸਨ ਕਬੂਲਦੇ ਅੱਜ ਕਾਲ ਪੈ ਗਿਆ ਏ ਮੁੰਡਾ ਆਖਿਆ ਕਿ ਇਹ ਚੰਦਰੇ ਘਰ ਆ ਵੜਿਆ ਵਾਂ ਜੋ ਦੁੱਧ ਦੀ ਛਿੱਟ ਵੀ ਨਹੀਂ ਜੁੜਦੀ ਤੇ ਉਹ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਨਾਲ ਮੇਰੀ ਪਿੱਠ ਦੇ ਉੱਤੇ ਹੱਥ ਫੇਰਦੀ ਹੋਈ ਬੋਲੀ ਤੇ ਕਾਕਾ ਭੁੱਖਾਈ ਸਮੇਂਗਾ ਹੋਣਾ ਹਾਏ ਮਾਂ ਸਦਕੇ ਕਿਹਾ ਰਮਾਣ ਪਿਆ ਲੱਗਦਾ ਏ ਮੈਨੂੰ ਪਰ ਮੈਂ ਪੁੰਝੇ ਡੁੱਲੇ ਹੋਏ ਦੁੱਧ ਵੱਲ ਤੱਕਦਾ ਹੋਇਆ ਦਿਲ ਵਿੱਚ ਕਹਿ ਰਿਹਾ ਸਾਂ ਪਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ ਭਾਵ ਵੀ ਬਹੁਤ ਚੰਗਾ ਹੋਇਆ ਵੀ ਦੁੱਧ ਡੁੱਲ ਗਿਆ ਮੇਰੀ ਜਿੰਦ ਹੈ ਜਿਹੜੀ ਉਹ ਛੁੱਟ ਗਈ ਦੇਖਿਆ ਬੱਚੋ ਕਿੰਨੀ ਸੋਹਣੀ ਕਹਾਣੀਆਂ ਦੇਖੋ ਆਪਾਂ ਪੁਰਾਣਾ ਸੱਭਿਆਚਾਰ ਵੀ ਦੇਖ ਲਿਆ ਪੁਰਾਣੀ ਘਰ ਵੀ ਦੇਖ ਲੇ ਖਾਣ ਪੀਣ ਵੀ ਦੇਖ ਲਿਆ ਨਾ ਕਿੰਨਾ ਸੋਹਣਾ ਲੱਗਦਾ ਹੈ ਨਾ ਸੋ ਇਸ ਕਰਕੇ ਤੁਸੀਂ ਨਾਵਲ ਪੜਿਆ ਕਰੋ ਬੱਚਿਓ ਕਹਾਣੀਆਂ ਪੜਿਆ ਕਰੋ ਕਿੰਨੇ ਸੋਹਣੇ ਲੱਗਦੇ ਨੇ ਨਾ ਤੇ ਪਿਆਰੇ ਬੱਚਿਓ ਆਓ ਫਿਰ ਹੁਣ ਆਪਾਂ ਪ੍ਰਸ਼ਨ ਉੱਤਰ ਕਰੀਏ ਲੇਖਕ ਨੂੰ 30 35 ਵਰੇ ਪਹਿਲਾਂ ਪੂਆ ਦੀਆਂ ਕਿਹੜੀਆਂ ਗੱਲਾਂ ਯਾਦ ਆ ਰਹੀਆਂ ਸਨ ਲੇਖਕ ਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਸੀ ਕਿ ਜਦੋਂ ਉਹ ਨਿੱਕਾ ਹੁੰਦਾ ਸੀ ਤਾਂ ਪੂਆ ਕਿਸ ਤਰ੍ਹਾਂ ਉਸ ਨੂੰ ਉਂਗਲੀ ਲਾ ਕੇ ਪਿਆਰ ਪੁਛਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ ਤੇ ਅੱਧੀ ਛੁੱਟੀ ਵੇਲੇ ਉਸ ਲਈ ਮલાઈ ਵਾਲੇ ਦੁੱਧ ਦਾ ਕੌਲ ਲਿਆਇਆ ਕਰਦੀ ਸੀ ਇਸ ਗੱਲ ਨੂੰ 30-35 ਵਰੀ ਹੋ ਗਏ ਸਨ ਲੇਖਕ ਪੂਆ ਦੇ ਪਿੰਡ ਕਿਉਂ ਗਿਆ ਜਦ ਲੇਖਕ ਆਪਣੇ ਇੱਕ ਰਿਸ਼ਤੇਦਾਰ ਦੇ ਮੁੰਡੇ ਦੀ ਸ਼ਾਦੀ ਤੇ ਗਿਆ ਤਾਂ ਪੂਆ ਨੂੰ ਮਿਲਣ ਦੀ ਖਾਹਸ਼ ਨੂੰ ਰੋਕ ਨਾ ਸਕਿਆ ਇਸ ਕਰਕੇ ਪੂਆ ਦੇ ਪਿੰਡ ਗਿਆ ਤੇ ਪੂਆ ਨੇ ਆਪਣੇ ਭਤੀਜੇ ਲਈ ਮੋਹ ਕਿਵੇਂ ਪ੍ਰਗਟ ਕੀਤਾ ਪੂਆ ਨੇ ਲੇਖਕ ਦਾ ਮੱਥਾ ਚੁੰਮਿਆ ਤੇ ਉੱਚੀ ਦੇ ਕੇ ਪੁਕਾਰ ਉੱਠੀ ਨੀ ਚੰਨਣ ਕੋਰੇ ਕੁੜੀਆਂ ਆਈ ਨੀ ਭੱਜ ਕੇ ਨੀ ਮੇਰਾ ਸਿੰਘ ਆਇਆਈ ਸੁਖ ਨਾਲ ਵੇ ਮੁੰਡਿਓ ਕੁੜਿਓ ਤੁਹਾਡਾ ਤਾਇਆ ਐ ਜੀ ਇਸ ਪ੍ਰਕਾਰ ਪੂਆ ਨੇ ਭਤੀਜੇ ਲਈ ਬਹੁਤ ਮੋਹ ਪ੍ਰਗਟ ਕੀਤਾ ਅੱਗੇ ਚਠਾਣੇ ਦੇ ਫੁੱਲ ਲੈ ਕੇ ਗਈ ਸੈਂ ਹੁਣ ਭਾਵੇਂ ਭਤੀਜੇ ਦੇ ਫੁੱਲਾਂ ਦੀ ਵਾਰੀ ਐ ਇਹ ਗੱਲ ਭਤੀਜੇ ਨੇ ਕਿਉਂ ਸੋਚੀ ਕਿਉਂਕਿ ਪੂਆ ਨੇ ਉਸਦੀ ਬਹੁਤ ਖਾਤਰਦਾਰੀ ਕੀਤੀ ਸੀ ਉਸ ਨੂੰ ਪਹਿਲਾਂ ਹੀ ਜਦੋਂ ਵਿਆਹ ਤੋਂ ਆਇਆ ਸੀ ਤਲੀਆਂ ਚੀਜ਼ਾਂ ਖਾ ਕੇ ਪੂਰੀਆਂ ਖਾ ਕੇ ਮਠਿਆਈਆਂ ਖਾ ਕੇ ਤੰਗ ਆਇਆ ਪਿਆ ਸੀ ਤਾਂ ਉਹ ਚਾਹੁੰਦਾ ਸੀ ਵੀ ਦਾਲ ਫੁਲਕੇ ਖਾਵਾ ਮੈਂ ਹਨਾ ਤਾਂ ਪਰੌਂਠੇ ਖਾਦੇ ਸੀ ਨੀਆਂ ਕਿਉਂ ਨਾਲ ਲੱਤਪੱਤ ਤੋਂ ਬਹੁਤ ਔਖਾ ਹੋ ਗਿਆ ਸੀ ਤਾਂ ਪੂਆ ਜਦੋਂ ਕੋਲ ਗੱਲਾਂ ਕਰ ਰਹੀ ਸੀ ਵੀ ਮੈਂ ਜਠਾਣੀ ਦੇ ਫੁੱਲ ਲੈ ਕੇ ਹਰਦਵਾਰ ਗਈ ਸੀ ਵੀ ਉਦੋਂ ਤਾਂ ਮੈਂ ਜਾਣਾ ਚਾਹੁੰਦੀ ਸੀ ਹੋਰ ਇੱਕ ਵਾਰ ਜਾ ਆਵਾਂ ਮੈਂ ਹਨਾ ਤਾਂ ਉਦੋਂ ਸੋਚ ਰਿਆ ਸੀ ਬੈਠਾ ਵੀ ਹੁਣ ਮੈਂ ਇੰਨਾ ਖਾ ਚੁੱਕਿਆ ਵੀ ਮੈਂ ਵੀ ਮਰੂੰਗਾ ਤਾਂ ਵੀ ਪਹਿਲਾਂ ਤੁਝ ਠਾਣੀ ਦੇ ਫੁੱਲ ਲੱਗ ਗਏ ਸੀ ਤਾਂ ਹੁਣ ਮੇਰੇ ਫੁੱਲਾਂ ਦੀ ਵਾਰੀ ਆ ਠੀਕ ਹੈ ਤਾਂ ਅਗਲਾ ਪ੍ਰਸ਼ਨ ਪਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਜਾਬੋਂ ਛੁੱਟੀ ਇਸ ਕਹਾਵਤ ਦਾ ਕੀ ਅਰਥ ਹੈ ਕਹਾਣੀ ਵਿੱਚ ਕਿਉਂ ਆਖੀ ਮਤਲਬ ਪਹਿਲਾਂ ਦੇਖੋ ਕੁੜੀਆਂ ਰਾਤ ਰਾਤ ਪਰ ਚਰਖਾ ਕੱਤਦੀਆਂ ਸਨ ਤਾਂ ਇੱਕ ਉਹਨਾਂ ਦੀ ਮਜਬੂਰੀ ਵੀ ਹੁੰਦੀ ਸੀ ਹੈਨਾ ਵੀ ਜਦੋਂ ਉਹਨਾਂ ਨੇ ਜ਼ਿਆਦਾ ਚਰਖਾ ਕੱਤਣਾ ਹੁੰਦਾ ਸੀ ਤਾਂ ਜਦੋਂ ਉਹਨਾਂ ਦਾ ਚਰਖਾ ਟੁੱਟੇ ਜਾਂਦਾ ਸੀ ਤਾਂ ਉਹ ਕਹਿੰਦੀ ਸੀ ਵੀ ਸ਼ੁਕਰ ਹੈ ਮੇਰਾ ਚਰਖਾ ਟੁੱਟ ਗਿਆ ਇਹ ਅੱਜ ਮੈਨੂੰ ਕੱਤਣਾ ਨਹੀਂ ਪੈਣਾ ਇਸ ਤਰ੍ਹਾਂ ਹੀ ਉਹ ਲੇਖਕ ਖਾ ਖਾ ਕੇ ਨੱਕ ਗਿਆ ਸੀ ਜਦੋਂ ਦੁੱਧ ਦਾ ਛੰਨਾ ਡੁੱਲ ਗਿਆ ਸੀ ਦੁੱਧ ਡੁੱਲ ਗਿਆ ਸੀ ਨਾ ਤਾਂ ਫਿਰ ਉਸ ਨੂੰ ਹੋਇਆ ਵੀ ਚਲੋ ਵਧੀਆ ਹੋ ਗਿਆ ਵੀ ਮੇਰਾ ਜਿਹੜਾ ਆ ਦੁੱਧ ਐ ਇਹ ਡੁੱਲ ਗਿਆ ਵੀ ਮੈਨੂੰ ਹੋਰ ਨਹੀਂ ਪੀਣਾ ਪੈਣਾ ਠੀਕ ਐ ਖਾਣਾ ਪੀਣਾ ਕੁਝ ਵੀ ਤਾਂ ਫਿਰ ਉਸ ਤੋਂ ਬਾਅਦ ਜਦੋਂ ਇਹ ਵੀ ਹੋਇਆ ਕਿ ਦੁੱਧ ਗਵਾਂਡੀਆਂ ਤੇ ਵੀ ਨਹੀਂ ਮਿਲਿਆ ਤਾਂ ਫਿਰ ਉਹਦੇ ਉਹਨੇ ਕਿਹਾ ਸੀਗਾ ਵੀ ਭਲਾ ਹੋ ਗਿਆ ਵੀ ਦੁੱਧ ਉਹਨਾਂ ਦੇ ਮਿਲਿਆ ਨਹੀਂ ਮੇਰੀ ਜਿੰਦ ਛੁੱਟ ਗਈ ਨਹੀਂ ਤਾਂ ਔਖਾ ਹੋਣਾ ਸੀ ਤੋ ਦੇਖਿਆ ਬੱਚੋ ਕਿੰਨਾ ਸੋਣਾ ਲਿਖਿਆ ਨਾ ਅਗਲਾ ਪ੍ਰਸ਼ਨ ਹੈ ਇਸ ਕਹਾਣੀ ਵਿੱਚ ਲੇਖਕ ਨੂੰ ਖਾਣ ਪੀਣ ਦੀਆਂ ਚੀਜ਼ਾਂ ਤੋਂ ਡਰ ਕਿਉਂ ਲੱਗਦਾ ਸੀ ਇਸ ਕਹਾਣੀ ਵਿੱਚ ਲੇਖਕ ਨੂੰ ਖਾਣ ਪੀਣ ਦੀਆਂ ਚੀਜ਼ਾਂ ਤੋਂ ਡਰ ਇਸ ਕਰਕੇ ਲੱਗਦਾ ਸੀ ਕਿਉਂਕਿ ਉਹ ਪਹਿਲਾਂ ਹੀ ਬਹੁਤ ਕੁਝ ਖਾ ਚੁੱਕਾ ਸੀ ਤਲੀਆਂ ਮਠਿਆਈਆਂ ਖਾ ਕੇ ਤਾਂ ਉਹਦੀ ਤਬੀਅਤ ਵੀ ਠੀਕ ਨਹੀਂ ਸੀ ਇਸ ਕਰਕੇ ਉਹ ਚਾਹੁੰਦਾ ਸੀ ਕਿ ਉਹਨੂੰ ਬਿਲਕੁਲ ਵੀ ਨਾ ਖਾਵੇ ਕੁਝ ਵੀ ਉਹ ਅੱਗੇ ਪਾ ਵਾਕਾਂ ਵਿੱਚ ਕਰਦੇ ਹਾਂ ਬੱਚੋ ਆ ਵਾਕਾਂ ਵਿੱਚ ਵਰਤਦੇ ਹਾਂ ਖਾਹਸ਼ ਇੱਛਾ ਮੇਰੀ ਖਾਹਸ਼ ਹੈ ਕਿ ਮੈਂ ਪੇਪਰਾਂ ਵਿੱਚ ਚੰਗੇ ਨੰਬਰ ਲਵਾਂ ਭੁੱਖਾ ਪਾਣਾ ਬਹੁਤ ਦੇਰ ਦਾ ਭੁੱਖਾ ਮੁੰਡਾ ਵੱਡੇ ਵੇਲੇ ਦਾ ਭੁੱਖਾ ਪਾਣਾ ਹੋਵੇਗਾ ਕਹਿ ਕੇ ਪੂਆ ਨੇ ਨੂਨੂਰ ਸੋਈਵਲ ਨਸਾਇਆ ਸਦਕੇ ਜਾਣਾ ਕੁਰਬਾਨ ਜਾਣਾ ਪੂਆ ਨੇ ਜਿਉਂ ਆਇਆ ਸਦਕੇ ਆਇਆ ਆ ਕੇ ਭਤੀਜੇ ਦੀ ਪਿੱਠ ਪਲੋਸੀ ਜਸ ਖੱਟਣਾ ਵਡਿਆਈ ਮਿਲਨੀ ਅਸੀਂ ਆਪਣੇ ਚੰਗੇ ਕਰਮਾਂ ਨਾਲ ਦੁਨੀਆ ਵਿੱਚ ਜਸ ਖੱਟ ਸਕਦੇ ਹਾਂ ਅੱਧੁ ਪਚੱਦਾ ਅੱਡਾ ਕੁ ਅੱਦਾ ਪਚਦਾ ਖਾਣਾ ਮੁਕਾ ਕੇ ਲੇਖਕ ਦੀ ਕਾਲ ਰੂਪੀ ਜੋ ਥਾਲ ਸੀਗਾ ਉਸ ਤੋਂ ਖਲਾਸੀ ਹੋਈ ਤੇ ਮੁਹਿਮ ਕਿਸੇ ਖਾਸ ਮੰਤਵ ਦੀ ਕਾਰਵਾਈ ਅਖੀਰ ਕਾਲ ਰੂਪੀ ਥਾਲ ਦੀ ਮੁਹਿਮ ਪੂਰੀ ਹੋਈ ਤੇ ਲੇਖਕ ਵਿਹੜੇ ਵਿੱਚ ਵਿਸ਼ੇਮੰਜੇ ਤੇ ਜਾ ਡੱਠਾ ਮੱਛੀ ਵਾਂਗ ਤੜਪਣਾ ਤੇ ਬਹੁਤ ਦੁਖੀ ਹੋਣਾ ਤੇ ਲੇਖਕ ਜ਼ਿਆਦਾ ਖਾਣਾ ਖਾਣ ਕਰਕੇ ਮੱਛੀ ਵਾਂਗ ਤੜਫ ਰਿਹਾ ਸੀ ਬਰਦਾਸ਼ਤ ਕਰਨਾ ਸਹਿਣ ਕਰਨਾ ਹੁਣ ਮੇਰੇ ਵਿੱਚ ਹੋਰ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਚੇਤਾਵਨੀ ਖਬਰਦਾਰ ਕਰਨਾ ਪੁਲਿਸ ਨੇ ਭੀੜ ਨੂੰ ਅੱਗੇ ਨਾ ਆਉਣ ਦੀ ਚੇਤਾਵਨੀ ਦਿੱਤੀ ਜ਼ਫਰ ਚਾਲਣੀ ਦੁੱਖ ਸਹਿਣੇ ਜ਼ਿੰਦਗੀ ਵਿੱਚ ਬਹੁਤ ਸਾਰੇ ਜ਼ਫਰ ਚਾਲਣੇ ਪੈਂਦੇ ਹਨ ਤੇ ਹੁਣ ਬਹੁ ਔਖੇ ਸ਼ਬਦ ਨੇ ਅਰਥ ਦਿੰਦੇ ਆ ਸੋਤੇ ਪਏ ਸੌਣ ਵੇਲੇ ਤੇਤਿਆਂ ਦੀ ਧੀ ਵਾਲਿਆਂ ਦੀ ਦੀ ਦੇ ਮਾਪਿਆਂ ਦੀ ਅੰਧਰਾਤਾ ਇੱਕ ਰੋਗ ਜਿਸ ਵਿੱਚ ਰਾਤ ਨੂੰ ਕੁਝ ਨਹੀਂ ਦਿਖਦਾ ਆਹਰ ਕੰਮ ਤੰਦਾ ਰੁਝੇਵਾ ਤਬੀਅਤ ਢਿੱਕ ਹੋ ਗਈ ਮਨ ਖਰਾਬ ਹੋ ਗਿਆ ਅੰਬਾਰ ਢੇਰ ਬਾਬਤ ਬਾਰੇ ਸੰਬੰਧ ਵਿੱਚ ਗਰਾਹੀ ਬੁਰਕੀ ਰੋਟੀ ਦਾ ਟੁਕੜਾ ਜੋ ਇੱਕ ਵਾਰੀ ਮੋਗੀ ਚ ਪਾਇਆ ਜਾਵੇ ਅੰਬਰਸਰ ਅੰਮ੍ਰਿਤਸਰ ਸਬੱਬ ਨਾਲ ਸੁਭਾਅਕੀ ਅਚਾਨਕ ਹੀ ਪੁਆੜੇ ਝਾਕੜੇ ਕੰਬਾਕਤ ਬਦਨਸੀ ਭਾਗ ਹੀਣ ਪਲੱਥਾ ਮਾਰ ਕੇ ਆ ਆ ਪਥੱਲਾ ਮਾਰ ਕੇ ਚੌਂਕੜੀ ਮਾਰ ਕੇ ਪਲਾਖੀ ਵੀ ਕਹਿ ਦਿੰਦੀ ਐ ਦਿੱਤੀ ਜਾਂਦੀ ਐ ਬੱਚੋ ਕਈ ਥਾਂ 'ਤੇ ਲਾਪ ਇੱਕ ਹੱਥ ਦਾ ਰੁਗ ਕਾਲ ਰੂਪੀ ਮੌਤ ਰੂਪੀ ਖਲਾਸੀ ਛੁਟਕਾਰਾ ਮੁਕਤੀ ਇੰਤਜ਼ਾਮ ਪ੍ਰਬੰਧ ਬੰਦੋਬਸਤ ਖੀਚਲ ਕਸ਼ਟ ਤਕਲੀਫ ਉਤਾਵਲੇ ਕਾਲੇ ਤੇਜ ਬੇਸਬਰੀ ਤਰਜੀਹ ਦੇਣੀ ਪਹਿਲ ਦੇਣੀ ਸੰਕੋਚ ਸੰਗ ਸ਼ਰਮ ਝਿਜਕ ਤਾਣ ਬਲ ਤਾਕਤ ਹੀਹ ਮੰਜੀ ਦੀ ਬਾਹੀ ਸੰਧਿਆ ਵੇਲੇ ਸੰਜਿਤ ਕਾਲਾਂ ਵੇਲੇ ਕੁਰਕੀ ਨਰਾਜ਼ਗੀ ਦੀ ਨਜ਼ਰ ਡਰਾਵਾ ਧਮਕੀ ਤੇ ਪੜਿਆ ਕਰੋ ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆਏ ਹੋਣਗੇ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ